ਇਹ ਪੰਜਾਬ ਦੀ ਬਹਾਦਰ ਧੀ ਜਿਸਨੇ ਕਿ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਨਾ ਸਿਰਫ ਉਸਨੇ ਆਪਣੇ ਆਪ ਨੂੰ ਬਚਾਇਆ ਤੇ ਇਹ ਲੁਟੇਰੇ ਉਸਦਾ ਪਰਸ ਲੁੱਟ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਧੀ ਨੇ ਬਹਾਦਰੀ ਦੇ ਨਾਲ ਆਪਣਾ ਵੀ ਬਚਾਅ ਕੀਤਾ ਤੇ ਪਰਸ ਦੇ ਵਿੱਚ ਜੋ ਪੈਸੇ ਸਨ ਉਸ ਨੂੰ ਵੀ ਭਜਾਉਣ ਦੇ ਵਿੱਚ ਸਫਲ ਨਾ ਹੋ ਸਕੇ ਲੁਟੇਰੇ। दरअसल एक घटनाक्रम है बठिंडा दे रामपुरा दी उथों दी इक कलगीधर कलोनी है जिथे कि ए परमिंदर कौर नाम दी लड़की आईलेट सेंटर दे विच जा रही सी पैसे भरन दे लई फीस भरन दे लई पर अचानक ही रस्ते दे विच उसनू तीन लुटेरे मिल जांदे ने अते उन्हां वल्लों पहलां तां उस लड़की दे नाल धक्का मुक्की कीती जांदी है उस तों बाद उस लड़की दा फड़ पर्स जो आ फड़ के खोया जांदा है ते उह लड़की अपना पर्स नहीं छड़दी पर्स फड़िया रहिंदा ते इस दौरान एक लड़के दे वल्लों उसनू धक्का भी मारिया जाता है पर इस पर लड़की की बहादुरी देखो इसने इन्हां तिन्हां लुटेरियां का डट के मुकाबला किया अते चलदे मोटरसाइकल तो तिन्हां लुटेरियां नूं हेठां सुट लिया। हालांकि इन्हां दे विचों एक लुटेरा जो नौजवान सी ओह भज्जण दे विच सफल हो गया पर जदों दो लुटेरे मोटरसाइकल तो डिग गए तो आले दुआले दे लोग इकट्ठे हो गए तो उन्होंने भी जम के कटापा चाड़िया जिसकी घटना सीसीटीवी कैमरे विच कैद हो गई। तो अज हर कोई पंजाब की इस धी ते माण महसूस कर रहा है कि पंजाब की ये निडर धी है जिसने कि बेखौफ हो के लुटेरियां का मुकाबला किया जित हासिल की है। बठिंडा दे रामपुरा दी कलगीधर कलोनी की रहने वाली है परमिंदर कौर जो कि आईलेट सेंटर दे विच फीस भरन लई जा रही सी पर रस्ते दे विच उसका टाकरा इन्हां तीन लुटेरियां दे नाल हुंदा है जिन्हां वल्लों पहलां तां परमिंदर कौर नूं धक्का मारिया जांदा है फिर उसका पर्स खोहण की कोशिश की जाती है पर परमिंदर कौर अपना पर्स नहीं छड़दी अते इस दौरान उसके वल्लों अपनी बहादुरी दिखाई जाती है तो उन्हां तिन्हां लुटेरियां नूं मोटरसाइकल तो हेठां सुट लिया जाता है। आ तुहानूं भी विखाउने आ घटनाक्रम जो सीसीटीवी कैमरे में कैद होया कि किस तरह परमिंदर कौर ने अपनी बहादुरी दे नाल इन्हां लुटेरियां नूं फड़ाया। ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਪਰਮਿੰਦਰ ਕੌਰ ਨੇ ਆਪਣੀ ਬਹਾਦਰੀ ਦਾ ਜਲਵਾ ਦਿਖਾਇਆ ਅਤੇ ਇਹਨਾਂ ਲੁਟੇਰਿਆਂ 'ਤੇ ਕਾਬੂ ਕੀਤਾ। ਇਸ ਪਰਮਿੰਦਰ ਕੌਰ ਦੇ ਪਰਸ ਦੇ ਵਿੱਚ 15,000 ਰੁਪਏ ਵੀ ਸਨ ਅਤੇ ਮੋਬਾਈਲ ਫੋਨ ਵੀ ਸੀ ਅਤੇ ਜਦੋਂ ਲੁਟੇਰਿਆਂ ਨੇ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਲੁਟੇਰਿਆਂ ਨੂੰ ਵੀ ਝਪੱਟਾ ਮਾਰਿਆ ਅਤੇ ਇਸ ਦੌਰਾਨ ਇੱਕ ਲੁਟੇਰੇ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਕਰਕੇ ਪਰਮਿੰਦਰ ਕੌਰ ਦੀ ਬਾਂਹ 'ਤੇ ਸੱਟ ਲੱਗੀ ਪਰ ਆਪਣੀ ਸੱਟ ਦੀ ਪਰਵਾਹ ਨਾ ਕਰਦੇ ਹੋਏ ਵੀ ਉਸਨੇ ਆਪਣੇ ਹੌਸਲਾ ਵਿਖਾਇਆ ਅਤੇ ਆਪਣੇ ਹੌਸਲੇ ਦੇ ਨਾਲ ਹੀ ਉਹ ਚੱਲਦੇ ਮੋਟਰਸਾਈਕਲ ਤੋਂ ਇਹਨਾਂ ਤਿੰਨਾਂ ਲੁਟੇਰਿਆਂ ਨੂੰ ਹੇਠਾਂ ਸੁੱਟਿਆ। ਉੱਥੇ ਹੀ ਪਰਮਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਵੀ ਆਪਣਾ ਸਾਰਾ ਘਟਨਾਕ੍ਰਮ ਬਿਆਨ ਕੀਤਾ ਕਿ ਕਿਸ ਤਰ੍ਹਾਂ ਉਹ ਜਾ ਰਹੀ ਸੀ ਅਤੇ ਕਿਸ ਤਰ੍ਹਾਂ ਉਹ ਲੁਟੇਰੇ ਆਉਂਦੇ ਨੇ ਅਤੇ ਉਸ 'ਤੇ ਹਮਲਾ ਕਰਦੇ ਨੇ। ਆਹ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਇਸ ਘਟਨਾਕ੍ਰਮ ਨੂੰ ਲੈ ਕੇ ਬਹਾਦਰ ਧੀ ਪਰਮਿੰਦਰ ਕੌਰ ਦਾ ਕੀ ਕਹਿਣਾ। ਹਾਂਜੀ, ਮੈਂ ਉੱਧਰੋਂ ਆਪਦੇ ਸੈਂਟਰ ਤੋਂ ਆ ਰਹੀ ਸੀ, ਜਦੋਂ ਮੈਂ ਗਲੀ 'ਚੋਂ ਆ ਰਹੀ ਸੀ ਮੈਨੂੰ ਪਤਾ ਨਹੀਂ ਸੀਗਾ ਕਿ ਕਿੱਥੇ ਮੋਟਰਸਾਈਕਲ ਵਾਲੇ ਇੱਥੇ ਗਲੀ 'ਚ ਆਈ ਸੀ। ਉਹਨਾਂ ਨੇ ਮੇਰਾ ਬੈਗ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ, ਬੈਗ ਮੈਂ ਪਰ ਬੈਗ ਨਹੀਂ ਛੱਡਿਆ, ਬੈਗ ਦੀਆਂ ਤਣੀਆਂ ਟੁੱਟ ਗਈਆਂ ਸੀ, ਮੈਂ ਫਿਰ ਵੀ ਬੈਗ ਨਹੀਂ ਛੱਡਿਆ। ਉਹਨਾਂ ਨੇ ਫਿਰ ਮੈਨੂੰ ਨੀਚੇ ਸੁੱਟਤਾ, ਉਦੋਂ ਬਾਅਦ ਫਿਰ ਮੈਂ ਫਿਰ ਉਹਨਾਂ ਦੇ ਪਿੱਛੇ ਭੱਜੀ। ਉਸ ਤੋਂ ਬਾਅਦ ਮੈਂ ਪਿੱਛੇ ਵਾਲੇ ਜਿਹੜਾ ਪਿੱਛੇ ਬੈਠਾ ਸੀ ਭਾਈ ਉਹਨੂੰ ਪਿੱਛੋਂ ਟੀ ਸ਼ਰਟ ਫੜ ਕੇ ਖਿੱਚ ਲਿਆ, ਫਿਰ ਉਹ ਡਿੱਗ ਗਏ। ਤੁਸੀਂ ਕਿਹੜੇ ਸੈਂਟਰ ਤੇ ਜਾਂਦੇ ਹੋ? ਮੈਂ ਆਈਲੈਂਡ ਸੈਂਟਰ ਦੇ ਸੀ। ਤੇ ਪੜਦੇ ਹੋ ਪੜਾਉਂਦੇ ਹੋ? ਪੜਨ ਦੇ ਸੀ। ਠੀਕ ਹੈ।
ਤਿੰਨ ਸੀਗੇ ਇੱਕ ਮੋਟਰਸਾਈਕਲ ਤੇ ਤੁਹਾਡੇ ਕੁਝ ਮਾਰਿਆ ਵੀ ਉਹਨਾਂ ਨੇ ਨਹੀਂ ਮਾਰੇ ਨੇ ਮੈਨੂੰ ਤੁੱਕਾ ਦੇ ਕੇ ਸੁੱਟਤਾ ਸੀ ਮੈਂ ਬੈਗ ਨਹੀਂ ਛੱਡਿਆ ਸੀਗਾ ਕੀ ਸੀਗਾ ਤੁਹਾਡੇ ਬੈਗ ਦੇ ਵਿੱਚ ਮੇਰੇ ਬੈਗ 'ਚ ਫੋਨ ਸੀ ਮੇਰੇ ਪੈਸੇ ਸੀਗੇ ਕਿੰਨੇ ਪੈਸੇ ਸੀ ਮੈਂ ਫੀਸ ਭਰਨ ਗਈ ਸੀ 15000 ਆਈਲਟ ਦੀ ਫੀਸ ਉਹਨਾਂ ਤੁਹਾਡੇ ਕੋਲ ਹੀ ਹੈ ਤਾਂ ਪਰਮਿੰਦਰ ਕੌਰ ਦਾ ਕਹਿਣਾ ਹੈ ਕਿ ਜੇਕਰ ਮੈਂ ਡਰ ਜਾਂਦੀ ਤਾਂ ਇਹ ਲੁਟੇਰੇ ਮੇਰੇ ਪੈਸੇ ਤੇ ਮੇਰਾ ਪਰਸ ਖੋ ਕੇ ਫਰਾਰ ਹੋ ਜਾਂਦੇ ਪਰ ਮੈਂ ਉਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਤੇ ਜਦੋਂ ਉਹਨਾਂ ਲੁਟੇਰਿਆਂ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਦੋ ਜੋ ਹੈ ਲੁਟੇਰੇ ਉਹ ਪਰਮਿੰਦਰ ਕੌਰ ਦੇ ਅੜਿੱਕੇ ਚੜ ਗਏ ਤਾਂ ਇਹਨੇ ਨੂੰ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਜੰਮ ਕੇ ਇਹ ਜੋ ਲੁਟੇਰੇ ਨੌਜਵਾਨ ਨੇ ਇਹਨਾਂ ਦਾ ਮਾਰ ਕੁਟਾਪਾ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਜਦੋਂ ਆਂਡੀਆਂ ਗੁਆਂਢੀਆਂ ਦੇ ਨਾਲ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਵੀ ਪਰਮਿੰਦਰ ਕੌਰ ਵੱਲੋਂ ਦਿਖਾਈ ਦਲੇਰੀ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਮਿੰਦਰ ਕੌਰ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਕਿ ਅਜਿਹੀਆਂ ਧੀਆਂ ਦੀ ਅੱਜ ਪੰਜਾਬ ਦੇ ਵਿੱਚ ਲੋੜ ਹੈ ਕਿ ਜੋ ਬਹਾਦਰੀ ਦੇ ਨਾਲ ਮੁਸ਼ਕਿਲ ਦੇ ਸਮੇਂ ਵਿੱਚ ਡਟ ਕੇ ਮੁਕਾਬਲਾ ਕਰਦੀਆਂ ਨੇ ਆਓ ਹੋਰ ਕੀ ਕੁਝ ਕਿਹਾ ਹੈ ਮੁਹੱਲਾ ਨਿਵਾਸੀਆਂ ਨੇ ਤੁਹਾਨੂੰ ਵੀ ਸੁਣਾਉਂਦੇ ਹਾਂ ਪੁੱਤ ਬਹੁਤ ਹੀ ਬਹਾਦਰ ਲੜਕੀ ਜਿਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਤਿੰਨ ਸਨੈਚਰਾਂ ਦਾ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਜਦੋਂ ਇਸ ਨੂੰ ਧੱਕਾ ਮਾਰ ਕੇ ਸਿੱਟ ਕੇ ਭੱਜ ਰਹੀ ਸੀ ਤੇ ਇਸ ਨੇ ਮੋਟਰਸਾਈਕਲ ਤੋਂ ਇੱਕ ਨੂੰ ਸਿੱਟ ਲਿਆ ਤੇ ਜਿਹਦੇ ਵਿੱਚੋਂ ਇੱਕ ਭੱਜਣ 'ਚ ਕਾਮਯਾਬ ਹੋਇਆ ਦੋ ਲੋਕਾਂ ਨੇ ਇਹਦੀ ਮਦਦ ਨਾਲ ਫੜ ਲਿਆ ਇਸ ਨੂੰ ਇਨਾਮ ਮਿਲਣਾ ਚਾਹੀਦਾ ਕੁੜੀ ਨੂੰ ਬਹਾਦਰ ਕੁੜੀ ਨੂੰ ਅਜਿਹੀਆਂ ਜਿਹੜੀ ਕੁੜੀਆਂ ਦੀ ਇਸ ਨੂੰ ਲੋੜ ਤਾਂ ਮੁਹੱਲਾ ਨਿਵਾਸੀਆਂ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਕਿ ਪਰਮਿੰਦਰ ਕੌਰ ਨੂੰ ਬਹਾਦਰੀ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਅਜਿਹੀਆਂ ਧੀਆਂ ਦੀ ਲੋੜ ਹੈ ਕਿ ਜੋ ਇਸ ਤਰ੍ਹਾਂ ਬਹਾਦਰੀ ਦੇ ਨਾਲ ਨਿਡਰਤਾ ਦੇ ਨਾਲ ਔਖੀ ਘੜੀ ਦੇ ਵਿੱਚ ਮੁਸ਼ਕਿਲ ਘੜੀ ਦੇ ਵਿੱਚ ਡਟ ਕੇ ਮੁਕਾਬਲਾ ਕਰਨ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਲੁਟੇਰੇ ਬੇਖੌਫ ਹੋ ਕੇ ਜੋ ਹੈ ਸੜਕਾਂ 'ਤੇ ਘੁੰਮਦੇ ਵਿਖਾਈ ਦਿੰਦੇ ਨੇ ਅਤੇ ਉਹਨਾਂ ਨੂੰ ਨਾ ਤਾਂ ਪੁਲਿਸ ਦਾ ਖੌਫ ਹੁੰਦਾ ਅਤੇ ਨਾ ਹੀ ਲੋਕਾਂ ਦਾ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਪਰ ਜੇਕਰ ਅਜਿਹੀਆਂ ਧੀਆਂ ਸਮਾਜ ਦੇ ਵਿੱਚ ਹੋਣਗੀਆਂ ਤਾਂ ਇਹਨਾਂ ਲੁਟੇਰਿਆਂ ਦੇ ਕਿਤੇ ਨਾ ਕਿਤੇ ਖੰਭ ਕਤਰੇ ਜਾਣਗੇ ਅਤੇ ਦੂਜੇ ਪਾਸੇ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਜਿਹੇ ਲੁਟੇਰਿਆਂ ਦੇ ਖਿਲਾਫ਼ ਕੋਈ ਅਜਿਹੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਦੁਬਾਰਾ ਅਜਿਹਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਇੱਕ ਵਾਰ ਫਿਰ ਤੋਂ ਤੁਹਾਨੂੰ ਵਿਖਾਵਾਂਗੇ ਪਰਮਿੰਦਰ ਕੌਰ ਦੀ ਇਹ ਬਹਾਦਰੀ ਭਰੀ ਦਾਸਤਾਂ ਅਤੇ ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ